ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਤੇ ਹੁਣ ਮੈਂ ਹੈਗਾ ਨਾਨਕੇ 12:30 ਇੱਕ ਹੋ ਗਏ ਅਤੇ ਅੱਜ ਬਹੁਤ ਬਹੁਤ ਜ਼ਿਆਦਾ ਲੇਟ ਹੋ ਗਏ ਕਿਉਂਕਿ ਉੱਠੇ ਲੇਟ ਸੀਗੇ ਰਾਤ ਲੇਟ ਸੁੱਤੇ ਸੀਗੇ ਮੈਂ ਕੱਲ੍ਹ ਵਲੌਗ ਪਾਇਆ ਉਹ ਵਲੌਗ ਸੀਗਾ ਬਹੁਤ ਲੰਬਾ ਉਹ ਹੈਗਾ ਸੀ 45-50 ਮਿੰਟਾਂ ਦਾ ਅਤੇ ਐਡਿਟ ਕਰਨ ਨੂੰ ਮੈਨੂੰ ਲੱਗ ਗਿਆ 4-5 ਘੰਟੇ ਅਤੇ ਉਹਨਾਂ ਕਰਕੇ ਮੈਨੂੰ ਬੜਾ ਟਾਈਮ ਲੱਗ ਗਿਆ ਅਤੇ ਉਦੋਂ ਬਾਅਦ ਐਕਸਪੋਰਟ ਹੋਣ ਨੂੰ 2 ਘੰਟੇ ਫਿਰ ਅਪਲੋਡ ਕਰਨ ਨੂੰ ਅਤੇ ਵਲੌਗ ਉਹ ਤੁਸੀਂ ਜ਼ਰੂਰ ਦੇਖੋ ਬਹੁਤ ਘੈਂਟ ਵਲੌਗ ਆ ਠੀਕ ਆ ਅਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਹਾਂ ਪਿੰਡ ਝਨੇਰ ਅਤੇ ਤੁਹਾਨੂੰ ਚੱਲ ਕੇ ਦਿਖਾਉਂਦੇ ਹਾਂ ਫੋਰਡ ਪਹਿਲਾਂ ਆਪਾਂ ਚੱਕਣਾ ਪਲਟੀਨਾ ਮਾਮੇ ਦੇ ਅਸੀਂ ਪਵਾਤਾ ਬੈਗ ਹੈ ਮਾਮਾ ਇਹ 'ਚ ਕੀ ਆ ਇਹ 'ਚ ਰੌਂਦ ਨੇ ਦਿਖਾਈ ਪਿਸਟਲ ਕਿਹੋ ਜਿਹਾ ਇੱਕ ਤਾਂ ਮੋਬਾਈਲ ਦਾ ਚਾਰਜਰ ਆ ਇੱਕ ਮੋਬਾਈਲ ਆ ਇੱਕ ਗੱਡੀ ਦੀ ਚਾਬੀ ਆ ਦੋ ਮੋਬਾਈਲ ਨੇ ਦੋ ਮੋਬਾਈਲ ਨਾ ਇੱਕ ਹੀ ਆ ਦੂਜਾ ਇੱਕ ਹੀ ਆ ਦੂਜਾ ਮੇਰੀ ਜੇਬ 'ਚ ਦੂਜੇ ਇਹ 'ਚ ਪਾ ਲਾਂਗੇ ਹਾਂ ਕੀ ਆ ਮੈਂ ਆਪਦੇ ਵਾਲੇ 'ਚ ਪਾ ਲੈਣਾ ਹਾਂ ਹਾਂ ਮੋਬਾਈਲ ਨਾਲ ਹੀ ਐਂ ਲੱਗਣਾ ਅਗਲੇ ਨੂੰ ਵੀ ਪਤਾ ਨਹੀਂ ਕਿੰਨੇ ਕਰਦੇ ਬਾਕੀ ਡਾਲਰ ਨੇ ਆ ਚੱਲੀਏ ਚਲੋ ਗਾਈਸ ਚੱਲੀਏ ਥੋੜ੍ਹਾ ਜਿਹਾ ਆਪਾਂ ਡਾਲਰ ਤੜਾ ਕੇ ਲਿਆਉਣੇ ਸੀਗੇ ਕਿਉਂਕਿ ਪੈਸੇ ਬਾਹਲੇ ਖਰਚੀ ਜਾਂਦੇ ਹਾਂ ਅਸੀਂ ਹੁਣ ਅਤੇ ਡਾਲਰਾਂ ਦਾ ਦੇਖਦੇ ਆਪਾਂ ਨੂੰ ਕੀ ਰੇਟ ਮਿਲਦਾ ਗਾ ਕੀ ਕੀ ਰੇਟ ਚੱਲਦਾ ਵਾ ਮੈਂ 62 ਰੁਪਏ ਲੈਣਾ 62 ਰੁਪਏ 50 ਪੈਸੇ ਚੱਲਦਾ 62 ਰੁਪਏ ਲੈਣਾ ਠੀਕ ਆ 62 ਰੁਪਏ ਆਪਾਂ ਨੂੰ ਰੇਟ ਮਿਲ ਜਾਣਾ ਗਾ ਚਲੋ ਚੱਲ ਕੇ ਡਾਲਰ ਤੜਾਉਂਦੇ ਹਾਂ ਅਤੇ ਪੈਸੇ ਲੈਂਦੇ ਹਾਂ ਅੱਜ ਪੈਸਾ ਹੋ ਜਾਣਾ ਹੱਥ 'ਚ ਆਪਣੇ ਅਤੇ ਕੱਲ੍ਹ ਤੱਕ ਆਪਾਂ ਖਰਚ ਦੇਣਾ ਕੱਲ੍ਹ ਕਿਉਂਕਿ ਆਪਾਂ ਕੁਛ ਲੈ ਕੇ ਆਉਣਾ ਨਵਾਂ ਠੀਕ ਆ ਅਤੇ ਉਹ ਸਸਪੈਂਸ ਰੱਖਣਾ ਆਪਾਂ ਕੀ ਲੈ ਕੇ ਆਉਣਾ ਅਗਲੇ ਵਲੌਗ 'ਚ ਦੇਖੋ ਤੁਸੀਂ ਕਿੰਨੇ ਇਹੀ ਪੈਸਿਆਂ ਦੇ ਮਾਰੇ ਤਾਂ ਹੁੰਦਾ ਇੰਨੇ ਕੁ ਦੇ ਇੰਨੇ ਬਣ ਜਾਂਦੇ ਨੇ ਕਦੋਂ ਇੰਨੇ ਕੁ ਦਿੱਤੇ ਸੀ ਕਦੋਂ ਇੰਨੇ ਬਣਦੇ ਸਿਰਾ ਤੂੰ ਵੀ ਤੋੜ ਕੇ ਦੇ ਦਿੰਦੇ ਆ ਦੇਖੋ ਸਾਡੇ ਕੋਲ ਬੰਦੂਕ ਦੇਖੋ ਕਿੱਡੀ ਪੁੱਛੋ ਬਦਮਾਸ਼ੀ ਕਰਦੇ ਆ ਅਸੀਂ ਤਾਂ ਕੋਲੇ ਰੱਖੇ ਆ ਵੀ ਡੱਬ 'ਚ ਪਾ ਕੇ ਫਿਰ ਕੋਲੇ ਕੈਸ਼ ਵੱਧ ਹੋਣਾ ਪੈਸੇ ਗਣੀ ਜਾਂਦਾ ਮੈਂ ਕਿਹਾ ਬਸ ਇੰਨੀ ਕੁ ਨੂਟੀ ਬਣੀ ਆ ਚੱਲੀਏ ਆਪਾਂ ਫਿਰ ਸੁਨੇਰ ਨੂੰ ਇੱਥੇ ਬਹੁਤ ਟਾਈਮ ਲੱਗ ਗਿਆ ਇੰਨੇ ਦਿੱਤੇ ਜੀ ਆਪਾਂ 1, 2, 3, 4 ਇੰਨੇ ਕੀ ਦਿੱਤੇ ਜੀ ਬਸ ਇੰਨੇ ਬਣ ਗਏ ਠੀਕ ਆ ਤੁਸੀਂ ਪਲਟੀਨਾ ਆਪਾਂ ਨਾਨਕੇ ਘਰ ਖੜਾ ਤਾ ਬਾਪਰ ਨਾ ਰੱਖ ਲਈਏ ਮਾਮਾ ਉਹਦਾ ਕਰਨਾ ਕੀ ਆ ਜਾ ਫਿਰ ਹੀ ਲੈ ਚੱਲੀਏ ਕੱਲ੍ਹ ਨੂੰ ਕਸਣਾ ਹੈ ਕੀ ਕਰਨਾ ਉਹਦਾ ਆਪਾਂ ਵਾਢੀ ਕੀ ਕਰਾਉਣਾ ਉਹ ਉੱਚਾ ਮੂਰ ਇੱਥੇ ਹੀ ਕਰਾ ਲਾਂਗੇ ਇੱਥੇ ਹੀ ਕਰਾ ਲਾਂਗੇ ਫਿਰ ਫੋੜ ਉਰੇ ਲੈ ਕੇ ਜਾਵਾਂਗੇ ਹੁਣ ਲੈ ਊਂ ਯਾਰ ਐਡੀ ਦੂਰ ਕਿਵੇਂ ਲੈ ਕੇ ਆਵਾਂ ਉੱਥੇ ਹੀ ਕਰਾ ਲਾਂਗੇ ਐਡੀ ਐਡੀ ਦੂਰੋਂ ਕਿਹੜਾ ਪਲੱਸ ਪ੍ਰੋ ਨਹੀਂ ਲੈਣਾ ਪ੍ਰੋ ਸਾਈਜ਼ ਬੜਾ ਵੱਡਾ ਉਹਦਾ ਬੱਲੇ ਜੀ ਹੁਣ ਚੱਲੇ ਹਾਂ ਸਿੱਧਾ ਝਨੇਰ ਪਿੰਡ ਮੇਰੇ ਪਿੰਡ ਮੇਰਾ ਪਿੰਡ ਮੇਰਾ ਦੇਸ਼ ਮੇਰਾ ਦੇਸ਼ ਆਈ ਕੀ ਬਾਤ ਹੈ ਮੇਰੇ ਘਰੇ ਆ ਕੇ ਚਾਚੇ ਨੂੰ ਬੁਲਾਉਂਦੇ ਆ ਮੇਰੇ ਜੱਦੀ ਘਰੇ ਮੇਰੇ ਆਏ ਕੀ ਬਾਤ ਤੇ ਹੁਣ ਜਾ ਕੇ ਤੁਹਾਨੂੰ ਚਾਚੇ ਨੂੰ ਬੁਲਾਉਂਦੇ ਆ ਤੇ ਆਪਾਂ ਟਿਕਟਾਂ ਦਾ ਕੰਮ ਕਰਾਉਂਦੇ ਆ ਮਾਮਾ ਖਿੱਚਦੇ ਕਿਰਾਂ ਗੱਡੀ ਧੁੱਪਾਂ 'ਚ ਬਹੁਤ ਵਧੀਆ ਨਿਕਲੀ ਹੈਗੀ ਹਰੀ ਲੋੜ ਬਣਾਉਣੇ ਗੱਡੀ 'ਚ ਤੇਲ ਹੋਏ ਹੋਏ ਬ੍ਰੇਕਾਂ ਆਹ ਬ੍ਰੇਕਾਂ ਫੇਲ ਮੈਂ ਕਮਾਂ ਪਰੇ ਹੋ ਜਾ ਪਰੇ ਆਹ ਪਰੇ ਪਰੇ ਆ ਬਾਬਾ ਆਏ ਆਏ ਬਾਬਾ ਓਏ ਓਏ ਹੋਈ ਨਹੀਂ ਪਰੇ ਓਏ 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 ਰੋੜਾ ਮਾਰੇ ਓਏ ਹੋ ਜਾ ਨਹੀਂ ਪਰੇ ਕਿਹੜਾ ਕਹੇ ਜੀ ਆ ਲਓ ਜੀ ਆਪਾਂ ਪਹੁੰਚ ਗਏ ਸੀਗੇ ਪਿੰਡ ਫੋੜ ਕੋਲੇ ਤੇ ਬਾਕੀ ਹੁਣ ਆਪਾਂ ਲੱਗੇ ਹਾਂ ਸਟਾਰਟ ਕਰਨ ਸਟਾਰਟ ਯਾਰ ਤੁਸੀਂ ਕੀਤਾ ਸੀਗਾ ਹੋਏ ਨਹੀਂ ਗਾ ਦੇਖ ਹੱਥ ਰੱਖੀ ਉਹ ਤੇ ਮਾਮਾ ਏਅਰ ਕੈਲੰਡਰ ਤੇ ਦੇਖੀਏ ਚੱਕਿਆ ਕਾਹਤੋਂ ਹੱਥ ਚੱਲ ਜੇ ਸ਼ਾਹੀ ਨਾ ਮਿਲਿਆ ਫਿਰ ਤਾਂ ਬੰਦ ਹੋ ਜੂ ਫੇਰ ਚੱਲ ਮਾਮਾ ਧੱਕਾ ਲਾਈਏ ਫੋਟੋ ਲਵਾਉਂਦੇ
ਇਹਦਾ ਪਿਛਲਾ ਫਰੇਮ ਕੋਠੀ 'ਚ ਪਿਆ ਹੈਗਾ ਆਪਾਂ ਜਾਣਾ ਕੋਠੀ ਹੁਣ ਸਗੌੜ ਅਤੇ ਫਰੇਮ ਚੱਕ ਕੇ ਉਹਦੇ ਬਾਅਦ ਉਹ 'ਚ ਫੋਟੋ ਲਵਾਉਣੀ ਚਲੋ ਚਲੋ ਚੱਲੀਏ ਬਾਈ ਮੈਂ ਆਪਣੇ ਕੋਠੀ ਵਾਲੇ ਰਾਹ 'ਤੇ ਆ ਗਿਆ ਜਿਹੜੀ ਆਪਣੀ ਸਲੋਟ 'ਚ ਕੋਠੀ ਆ ਉਹ ਸੀਗੀ ਅਤੇ ਉੱਥੋਂ ਆਪਾਂ ਚੱਕਣੀ ਆ ਇਹਦੀ ਜਾਲੀ ਜੀ ਚੱਕ ਲਈਏ ਫਿਰ ਹਨੀ ਕੋਲ ਚੱਲਦੇ ਹਾਂ ਹਨੀ ਨੂੰ ਮੈਂ ਫੋਨ ਲਾਇਆ ਸੀ ਕਹਿੰਦਾ ਮੈਂ ਘਰੀ ਆ ਗੱਡੀ ਧੋਣ ਲੱਗਿਆ ਹੋਇਆ ਅਤੇ ਕਹਿੰਦਾ ਆ ਜਾਇਆ ਤੁਹਾਨੂੰ ਮੈਂ ਕਿਹਾ ਆ ਗਿਆ ਇੱਕ ਵਾਰ ਜਾਲੀ ਜੀ ਚੱਕ ਲਿਆ ਵਾ ਉਹ ਅਤੇ ਮਾਮਾ ਸਕੂਟਰੀ ਲਈ ਆਉਂਦਾ ਮਾਮਾ ਕਹਿੰਦਾ ਮੈਂ ਸਕੂਟਰੀ 'ਤੇ ਆਊਂਗਾ ਕਹਿੰਦਾ ਤੂੰ ਟਰੈਕਟਰ 'ਤੇ ਮੈਨੂੰ ਭੜਕਾਉਂਦਾ ਬਹੁਤ ਆ ਮੈਂ ਕਿਹਾ ਚੱਲ ਕੋਈ ਨਾ ਆ ਜਾ ਮਾਮਾ ਬਾਕੀ ਬੈਂਕ ਦੱਸਿਓ ਕਿਵੇਂ ਚੱਲਦਾ ਤੁਹਾਨੂੰ ਚਲਾ ਕੇ ਸੁਣਾਊਂਗਾ ਇਹਦਾ ਅਲਟੀਨੇਟਰ ਯਾਰ ਅਲਟੀਨੇਟਰ ਦਾ ਕੰਮ ਅੱਜ ਕਰਵਾਈਏ ਅੱਜ ਨਹੀਂ ਅੱਜ ਤਾਂ ਹੋਣਾ ਨਹੀਂ ਪਰ ਅੱਜ ਹਨੇਰਾ ਹੋਣ ਵਾਲਾ ਕੱਲ੍ਹ ਨੂੰ ਅਲਟੀਨੇਟਰ ਲਿਆ ਕੇ ਲਵਾ ਦਾਂਗੇ ਅਤੇ 90 ਰੁਪਏ ਵਾਲਾ ਫਿਰ ਟੈਕ ਵਧੀਆ ਚੱਲੂ ਹੋਰ ਵੀ ਹੋਰ ਵਧੀਆ ਚੱਲੂ ਟੈਕ ਲਓ ਜੀ ਆਹ ਦੇਖੋ ਮੈਨੂੰ ਕੀ ਲੱਭਿਆ ਕੋਠੀ 'ਚੋਂ ਇੱਥੇ ਪਈ ਸੀਗੀ ਟਰੈਕਟਰ ਮੂਹਰੇ ਨਾਲ ਲਾ ਦੀਏ ਮੈਂ ਕਹਿੰਦਾ ਫੋੜ ਮੂਹਰੇ ਘੈਂਟ ਲੱਗੂ ਹੈ ਨਾ ਇਹਨੂੰ ਵੀ ਲੈ ਚੱਲਾਂਗੇ ਉਹ ਪਲੇਟ ਵੀ ਲੈ ਚੱਲਦੇ ਹਾਂ ਆਪਾਂ ਉਹ ਜਿਹੜਾ ਆਹ ਆਪਣਾ ਫਰੇਮ ਪਿਆ ਗਾ ਇਹ ਕਹਿੰਦੇ ਵੀ ਸਾਨੂੰ ਲੱਭਿਆ ਨੀਗਾ ਫਰੇਮ ਇਹ ਕਹਿੰਦੇ ਵੀ ਸਾਨੂੰ ਫਰੇਮ ਲੱਭਿਆ ਨੀਗਾ ਪਰ ਫਰੇਮ ਆ ਪਿਆ ਗਾ ਦੱਸ ਮੂਹਰੇ ਪੈ ਜਾਵਾਂ ਉੱਥੋਂ ਮੈਨੂੰ ਉੱਥੇ ਦੇਖ ਗਿਆ ਸੀਗਾ ਫੋਰਡ ਵਾਲੀ ਜਾਲੀ ਵੀ ਆਪਾਂ ਲੱਭ ਲਈਏ ਫਿਰ ਉਹ ਅੱਜ ਉਹ 'ਚ ਫੋਟੋ ਫਿੱਟ ਕਰਾ ਕੇ ਉਹ ਫਿੱਟ ਕਰਾਵਾਂਗੇ ਫੋਰਡ ਆਪਣਾ ਬਾਹਰ ਖੜਾ ਗਾ ਜਿਵੇਂ ਤੁਹਾਨੂੰ ਆਵਾਜ਼ ਸੁਣਦੀ ਹੈ ਹੈ ਨਾ ਅਤੇ ਜਾਲੀ ਯਾਰ ਮੈਨੂੰ ਜਾਲੀ ਨਹੀਂ ਲੱਭੀ ਹੈਗੀ ਜਾਲੀ ਕਿੱਥੇ ਰੱਖੀ ਹੋਊਗੀ ਲੱਭਣੀ ਪੈਣੀ ਹੈਗੀ ਉਹ ਪਈ ਆ ਉੱਪਰ ਆਹ ਦੇ ਲੱਭ ਗਈ ਉਹ ਲੱਭ ਗਈ ਕਿੱਥੇ ਰੱਖੀ ਪਈ ਆ ਉੱਪਰ ਅਤੇ ਜਾਲੀ ਮੈਂ ਬਾਹਰ ਕੱਢ ਲਿਆ ਦੇਖੋ ਭਰਿੰਡਾ ਨੇ ਖੱਖਰ ਲਾਇਆ ਪਿਆ ਇਹਦੇ 'ਚ ਕੀ ਬਾਤ ਹੈ ਕੁਛ ਨਹੀਂ ਹੈਗਾ ਇਹਦੇ ਵਿੱਚ ਸਾਫ਼ ਕਰ ਲਈਏ ਅਤੇ ਇਹਦਾ ਜਾ ਕੇ ਇੱਥੋਂ ਇਹ ਪੜਾ ਕੇ ਠੀਕ ਆ ਦੋਨੇ ਪਾਸਿਓਂ ਕੱਢ ਕੇ ਆਹ ਚੀਜ਼ ਵਿੱਚੋਂ ਇਹਦੇ ਵਿੱਚ ਫੋਟੋ ਲਾਉਂਦੇ ਆ ਲੈਦਰ ਨਵਾਂ ਲੱਗ ਜੂਗਾ ਆਪਣੀ ਜਾਣੀ ਕਿ ਲੱਕੜ ਕੰਮ ਆਜੂਗੀ ਇਹਦੀ ਥੱਲੇ ਵਾਲੀ ਜਾਲੀ ਜੁੜੀ ਖਾ ਸਕੋ ਪੱਟਣਾ ਪਊਗਾ ਚਲੋ ਜਾ ਕੇ ਇਹਦਾ ਓਪਰੇਸ਼ਨ ਕਰਦੇ ਹਾਂ ਦੇਖੋ ਤੁਸੀਂ ਮੈਂ ਜਾਲੀ ਕਿੱਥੇ ਰੱਖੀ ਇਹ ਸੋਚੀ ਆ ਟੀ ਹੋਈ ਇਹ ਵੀ ਅੱਜ ਠੀਕ ਕਰਦੀ ਹੈ ਦੇਖੋ ਜਾਲੀ ਕਿੱਥੇ ਰੱਖਦੀ ਮੈਂ ਫੜ ਕੇ ਮੈਂ ਲੈ ਕੇ ਜਾਂਦਾ ਹੌਲੀ ਹੌਲੀ ਠੀਕ ਆ ਅਤੇ ਉੱਥੇ ਪਹੁੰਚ ਕੇ ਤੁਹਾਨੂੰ ਫਿਰ ਮਿਲਦੇ ਹਾਂਗੇ ਮੈਂ ਨਾਲੇ ਗਾਣੇ ਸੁਣ ਲਵਾਂ ਆਹ ਦੇਖੋ ਲਓ ਵੀ ਮਿੱਤਰੋ ਆਪਾਂ ਫੋੜ ਲੈ ਕੇ ਹਨੀ ਕੋਲ ਆ ਗਏ ਅਤੇ ਆਹ ਪਈ ਆਪਣੀ ਜਾਲੀ ਅਤੇ ਇਹਨੂੰ ਆਪਾਂ ਇੱਥੋਂ ਵੱਢ ਕੇ ਅਤੇ ਇਹਦਾ ਪ੍ਰੋਪਰ ਕੰਮ ਤੂੜੀ ਵਾਲੇ ਲਿਆਉਂਦੀ ਸਹੀ ਗੱਲ ਤੂੜੀ ਵਾਲੇ ਪਈ ਸੀਗੀ ਫੋੜ ਆਪਾਂ ਇੱਥੇ ਬੈਕ ਕਰਕੇ ਲਾਤਾ ਹਨੀ ਨੇ ਬੁਲਟ 'ਤੇ ਦੇਖੋ ਹੈ ਕੱਪੜਾ ਪਾ ਕੇ ਧੋ ਕੇ ਅੰਦਰ ਲਾਤਾ ਹੁਣ ਨਹੀਂ ਕੱਢਦਾ ਅੱਛਾ ਕੋਈ ਚਲਾ ਲਿਆ ਪ੍ਰੈਸ਼ਰ ਧੋ ਦਿੰਦੇ ਆਪਾਂ ਨਵਾਂ ਲਵਾਇਆ ਲਓ ਜੀ ਅਸੀਂ ਸ਼ੀਟ ਦਾ ਪਤਾ ਕਰਿਆ ਸੀਗਾ ਉਹ ਦੇਖੀ ਕੰਧ 'ਚ ਨਾ ਲੱਗੇ ਕੈਮਰਾ ਅਤੇ ਅਸੀਂ ਸ਼ੀਟ ਦਾ ਪਤਾ ਕਰਿਆ ਸੀਗਾ 1400-1500 ਦੀ ਸ਼ੀਟ ਹੈਗੀ ਉਹ ਅਤੇ ਆਪਾਂ ਉਹ ਲੈਣ ਚੱਲੇ ਹਾਂਗੇ ਹੁਣ ਪਹਿਲਾਂ ਮੋਟਰਸਾਈਕਲ ਖੜਾ ਕੇ ਫਿਰ ਗੱਡੀ ਚੱਕਦੇ ਹਾਂ ਅਤੇ ਫਿਰ ਉਹ ਸ਼ੀਟ ਜਿਹੜੀ ਆਪਾਂ ਲਿਆਉਂਦੇ ਹਾਂ ਅਤੇ ਫਿਰ ਉਹ 'ਤੇ ਫੋਟੋ ਪ੍ਰਿੰਟ ਕਰਕੇ ਫਿਰ ਉਹ ਫਿੱਟ ਕਰਾਂਗੇ ਫੋੜ ਦੇ ਮਗਰ ਫੋਟੋ ਆਪਾਂ ਘੈਂਟ ਬੰਦੇ ਦੀ ਫੋਟੋ ਲਾਉਣੀ ਆ ਪੂਰੀ ਜਿਹੜਾ ਸਿਰਾ ਬੰਦਾ ਨਹੀਂ ਹੈਗਾ ਉਹਦੀ ਫੋਟੋ ਲਾਉਣੀ ਆ ਲੈ ਵੀ ਚਲੋ ਇਹਨੂੰ ਵੱਢੀਏ ਹੁਣ ਕਰੀਏ ਇਹਦਾ ਕੰਮ ਜਿਹਾ ਇਹ 'ਚ ਫਿਰ ਲੈਦਰ ਵੀ ਲਾਉਣਾ ਆਪਾਂ ਆਪ ਹੀ ਲਾ ਦਾਂਗੇ ਨਾ ਕਿੱਥੇ ਇਹਦੇ ਆਹ ਜਿਹੜਾ ਆਹ ਪੱਟ ਕੇ ਕੋਲੀ ਸਪਰੇਅ ਮਾਰ ਦਾਂਗੇ ਲਾ ਦੇਖ ਉਹ ਐਂ ਕਰ ਨੂੰ ਫਿਰਦਾ ਵੀ ਬਸ ਕਰ ਦਈਏ ਕੱਚ ਘਰ ਲੈ ਬਸ ਉਹੀ ਆਪਾਂ ਇਕੱਠਾ ਜਿਹਾ ਕਰ ਦਈਏ ਕੰਮ ਲਓ ਵੀ ਮੁੰਡੇ ਨੇ ਚਲਾਤਾ ਗਰੈਂਡਰ ਹੁਣ ਵੱਢੂਗਾ ਫਾਏ ਜਾਲੀ ਤਾਂ ਪੱਟਤੀ ਨਾ ਬਚਾਲੋ ਆਹ ਵੱਢ ਦੇਣੇ ਆਪਾਂ ਫਿਰ ਫਰੇਮ ਦੀ ਗੱਲਬਾਤ ਬਣੂਗੀ ਫਿਰ ਫਰੇਮ ਹੀ ਲੈ ਚੱਲਾਂਗੇ ਉੱਥੇ ਸ਼ੀਟ ਲਵਾ ਲਿਆਵਾਂਗੇ ਅਤੇ ਇਹਦੇ ਪਿਛਲੀ ਸਾਈਡ ਸਮੋਕ ਸਿਸਟਮ ਲਵਾਇਆ ਬਾਈ ਗਰੈਂਡਰ 'ਚ ਬਾਈ ਗਰੈਂਡਰ 'ਚ ਸਮੋਕ ਸਿਸਟਮ ਲਵਾਇਆ ਓਏ ਓਏ ਡੋਰ ਖੋਲ ਦੇ ਬੰਦੇ ਮਾਰਨੇ ਤਾਂ ਸਾਡੇ ਆ ਗਿਆ ਮਾਮਾ ਇੱਕ ਮਿੰਟ ਬੋਲ ਨਾ ਉਹ ਬੱਚ ਨੂੰ ਬੋਲ ਵੜਤਾ ਵੜਤਾ ਉਹ ਮਾਮਾ ਆਹ ਦੇਖ ਲਾ ਉਹ ਆਹ ਦੇਖ ਲਾ ਗੇਟ ਖੋਲ ਦੇ ਗੇਟ ਗੇਟ ਖੋਲ ਦੇ ਧੂੰਆਂ ਹੀ ਧੂੰਆਂ ਕਰਤਾ ਵੱਢਿਆ ਗਿਆ ਥੱਲਿਓ ਵੱਢਿਆ ਗਿਆ ਹੁਣ ਥੱਲਿਓ ਹੀ ਵੱਢ ਦੇਣਾ
ਮਾਮਾ ਕਹਿੰਦਾ ਆ ਕੀ ਕੀਤਾ ਕਹਿੰਦਾ ਆਪਾਂ ਫੋਟੋ ਲੱਭ ਲਈ ਜਿਹੜੀ ਲਾਉਣੀ ਹੈਗੀ ਤੇ ਹੁਣ ਆਪਾਂ ਇੱਧਰ ਆ ਗਏ ਸੀਗੇ ਮਸ਼ੀਨ ਕੋਲੇ ਦੇਖੋ ਤੁਸੀਂ ਲਾਈਟ ਹੈ ਨਹੀਂ ਗੀ ਫਲੈਸ਼ਰ ਨਾਲ ਕੰਮ ਚੱਲਦਾ ਬਟ ਜਿਹੜੀ ਆ ਮਸ਼ੀਨ ਆ ਇਹਦੇ ਇਨਵਰਟਰ ਹੈਗਾ ਥੱਲੇ ਇਨਵਰਟਰ 'ਤੇ ਚੱਲ ਪੈਂਦੀ ਹੈ ਹੈ ਨਾ ਅਤੇ ਮਸ਼ੀਨ ਦੇ ਨਾਲ ਹੀ ਆਉਂਦਾ ਇਹ ਜਗਾੜ ਸਾਰਾ ਕਿਉਂਕਿ ਜੇ ਮਸ਼ੀਨ ਚੱਲਦੀ ਚੱਲਦੀ ਹੋਵੇ ਉੱਧਰੋਂ ਕਿਤੇ ਲਾਈਟ ਚਲੀ ਜਾਵੇ ਫਿਰ ਇਹ ਰੁਕ ਜੂਗੀ ਫਿਰ ਇਹ ਉੱਥੋਂ ਸਟਾਰਟ ਨਹੀਂ ਹੋਣੀ ਹੈ ਨਾ ਬਾਅਦ 'ਚੋਂ ਤਾਂ ਕਰਕੇ ਇਨਵਰਟਰ ਹੈ ਨਾ ਚੱਲੀ ਜਾਂਦੀ ਹਾਂ ਇਹਦੇ ਨਾਲ ਚੱਲੀ ਜਾਂਦੀ ਹੈ ਦੇਖੋ ਆਹ ਜਗਾੜ ਵਧੀਆ ਅਤੇ ਆਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਸ਼ੀਟ ਪੱਟੀ ਲਿਆ ਕੇ 6x4 ਦੀ ਸ਼ੀਟ ਇਹ 6x4 ਦੀ ਹੋਊਗੀ ਇਹ ਦੇਖ ਲਾ ਤਿੰਨ ਤੋਂ ਆਪਣੀ ਫੋਟੋ ਪ੍ਰਿੰਟ ਹੋ ਜਾਂਦੀ ਦੇਖ ਫੋਟੋ ਆਪਾਂ ਕੱਟ ਕੇ ਕਰਕੇ ਕੱਢ ਲੈਣੀ ਆ ਇਧਰਲੀ ਦੁਕਾਨ ਚ ਲਏ ਫੋਟੋ ਤੇ ਹੁਣ ਇਹਦੇ ਮਤਲਬ ਕੱਟ ਵੱਟ ਕਰਦੇ ਆ ਕਰਦੇ ਆ ਇੱਕ ਲੈਮੀਨੇਸ਼ਨ ਫਿਰ ਖਰਾਬ ਨਹੀਂ ਹੋਊਗੀ ਹੈ ਨਾ ਹੁਣ ਹਨੀ ਇਹ ਤੇ ਲੈਮੀਨੇਸ਼ਨ ਕਰਨ ਲੱਗੇ ਫੋਟੋ ਤੇ ਇਹਦੇ ਉੱਤੇ ਪਾਣੀ ਪਾ ਲਿਆ ਸ਼ੈਂਪੂ ਵਾਲਾ ਲੋਈ ਦੁਕਾਨ ਤੋਂ ਆਪਾਂ ਹਨੀ ਦੇ ਘਰ ਆ ਗਏ ਇੱਥੇ ਆਪਾਂ ਟਰੈਕਟਰ ਸਟਾਰਟ ਕਰਕੇ ਸ਼ੈੱਡ 'ਚ ਲਾਤਾ ਮਤਲਬ ਸ਼ੈੱਡ ਇੰਨਾ ਉੱਚਾ ਨਹੀਂ ਸੀਗਾ ਵੀ ਆਪਣਾ ਟਰੈਕਟਰ ਅੰਦਰ ਲੱਗ ਜਾਵੇ ਅਤੇ ਆਪਾਂ ਜਿੰਨਾ ਕੁ ਅੰਦਰ ਹੋ ਸਕਦੀ ਉੱਨਾ ਅੰਦਰ ਕਰਕੇ ਹੈ ਨਾ ਟਿੱਕ 'ਤੇ ਕਵਰ ਪਾਤਾ ਗੱਡੀ ਦਾ ਉਹ ਗੱਡੀ ਦਾ ਲਾ ਲਿਆ ਅਤੇ ਇਹ 'ਤੇ ਆਪਾਂ ਆਹ ਪਾਤਾ ਮੂਹਰੇ ਸ਼ੋਅ 'ਤੇ ਕਵਰ ਇੱਕ ਹੋਰ ਠੀਕ ਆ ਜਿਹਦੇ ਨਾਲ ਸ਼ੋਅ ਟੱਕੀ ਜਾਵੇ ਅਤੇ ਬਸ ਠੀਕ ਆ ਇੰਨਾ ਕਵਰ ਹੋ ਗਿਆ ਆਪਣਾ ਅਤੇ ਹੁਣ ਸਵੇਰੇ ਕੱਢਾਂਗੇ ਇਹਨੂੰ ਅਤੇ ਸਵੇਰੇ ਆਪਾਂ ਇਹਦੀ ਪਿਛਲੀ ਫੋਟੋ ਕਰੈਲਿਕ ਲਾ ਕੇ ਹੈ ਨਾ ਉਹ ਪੂਰਾ ਵਧੀਆ ਬਣਾ ਦਾਂਗੇ ਜਗਾੜ ਅਤੇ ਅੱਜ ਤਾਂ ਬਣਿਆ ਨਹੀਂ ਗਾ ਬਾਕੀ ਤੁਸੀਂ ਸਪਿਨਰ ਹੋ ਗਿਆ ਠੀਕ ਆ ਜੀ ਮਿੱਤਰੋ ਅਸੀਂ ਇੱਥੇ ਡਿਨਰ ਕੀਤਾ ਇਹ ਆਪਣੇ ਮਤਲਬ ਮੇਰੇ ਫਰੈਂਡ ਦਾ ਹੀ ਹੈਗਾ ਰੈਸਟੋਰੈਂਟ ਹੈ ਨਾ ਅਤੇ ਬਹੁਤ ਸੋਹਣਾ ਮਤਲਬ ਫੂਡ ਬਣਾਉਂਦੇ ਹੈਗੇ ਬੈਸਟ ਬਾਈਟ ਹੀ ਆ ਹੈ ਨਾ ਬੈਸਟ ਬਾਈਟ ਹੈਗਾ ਇਹ ਰੈਸਟੋਰੈਂਟ ਦਾ ਨੇਮ ਅਤੇ ਨੌਨ ਵੈੱਜ ਬੜਾ ਟੇਸਟੀ ਬਣਾਉਂਦੇ ਆ ਆਪਣੇ ਸੰਦੌੜ 'ਚ ਹੈਗਾ ਇਹ ਅਤੇ ਹੈ ਨਾ ਜ਼ਰੂਰ ਵਿਜ਼ਿਟ ਕਰਿਓ ਹਾਂ ਅਤੇ ਬਾਕੀ ਅਸੀਂ ਇੱਥੇ ਆਉਂਦੇ ਰਹਿੰਦੇ ਹਾਂ ਹੈ ਨਾ ਢਾਬਾ ਟਾਈਪ ਹੈਗਾ ਬਹੁਤ ਘੈਂਟ ਆ ਰੈਸਟੋਰੈਂਟ ਮਤਲਬ ਹਾਂ ਦੇਖੋ ਤੁਸੀਂ ਬਹੁਤ ਪਾਰਕਿੰਗ ਇੱਥੇ ਵੀ ਹੈਗਾ ਮੂਹਰੇ ਬਹੁਤ ਪਾਰਕਿੰਗ ਆ ਜੇ ਮਰਜ਼ੀ ਖੜਾ ਕੇ ਤੁਸੀਂ ਖਾਓ ਪੀਓ ਹੈ ਨਾ ਅਤੇ ਹਜੇ ਬਾਈਆਂ ਦੀ ਸਟਾਰਟਿੰਗ ਆ ਹੌਲੀ ਹੌਲੀ ਬਾਈ ਹੈ ਨਾ ਹੋਰ ਵਧਾਉਣਗੇ ਫਿਰ ਅਤੇ ਫਿਰ ਹੋਰ ਵੀ ਵਧੀਆ ਬਣਾਉਣਗੇ ਹੈ ਨਾ ਆਹ ਚੀਜ਼ ਇਹਨਾਂ ਨੂੰ ਮੈਂ ਕਿਹਾ ਵੀ ਹਾਂ ਇੱਥੇ ਜਿਵੇਂ ਸੀ ਬੰਨ 'ਚ ਨਹੀਂ ਯਾ ਵੀ ਉੱਦਾਂ ਦੀਆਂ ਝੌਂਪੜੀਆਂ ਬਣਾ ਕੇ ਕਈ ਵਾਰ ਫੈਮਿਲੀ ਆਉਂਦੀ ਉਹ ਇੱਦਾਂ ਹਾਂ ਹੋ ਸਕਦਾ ਸਹੀ ਗੱਲ ਆ ਕਿਉਂਕਿ ਇੱਥੇ ਹਜੇ ਫੈਮਿਲੀ ਵਾਲਾ ਉੱਪਰ ਇਹਨਾਂ ਨੇ ਬਣਾਇਆ ਹੋਇਆ ਨਹੀਂ ਫੈਮਿਲੀ ਨੂੰ ਥੱਲੇ ਹੈਗਾ ਥੱਲੇ ਬੇਸਮੈਂਟ ਵੀ ਆ ਜਿੱਥੇ ਥੱਲੇ ਬੇਸਮੈਂਟ ਵੀ ਆ ਉੱਥੇ ਜੇ ਕਿਸੇ ਨੇ ਹੈ ਨਾ ਅਲੱਗ ਬਹਿ ਕੇ ਖਾਣਾ ਤਾਂ ਉੱਥੇ ਵੀ ਖਾ ਸਕਦਾ ਅਸੀਂ ਕਈ ਵਾਰ ਨੀਚੇ ਵੀ ਖਾਧਾ ਹੈਗਾ ਅਤੇ ਮੈਨੂੰ ਤਾਂ ਠੀਕ ਲੱਗਿਆ ਜਿੱਦਾਂ ਨਾ ਕਈ ਜਗ੍ਹਾ ਹੁੰਦਾ ਵੀ ਮਸਾਲੇ ਵਗੈਰਾ ਜ਼ਿਆਦਾ ਪਾਏ ਹੁੰਦੇ ਆ ਮੈਨੂੰ ਬਾਹਰੋਂ ਆ ਕਿ ਇੱਥੇ ਕੋਈ ਟੇਸਟ ਦਾ ਬੜਾ ਫਰਕ ਨਹੀਂ ਲੱਗਿਆ ਅਤੇ ਬਹੁਤ ਵਧੀਆ ਸੀਗਾ ਬਾਕੀ ਅਸੀਂ ਫੂਡ ਪੈਕ ਕਰਾ ਲਿਆ ਇਹ ਘਰ ਲੈ ਕੇ ਜਾਣਾ ਆਪਾਂ ਅਤੇ ਚਲੋ ਹੁਣ ਚੱਲੀਏ ਮਾਮਾ ਓਕੇ ਜੀ ਆਪਣੀ ਖੜੀ ਆ ਬੈਟਰੀ ਵਾਲੀ ਸਕੂਟਰੀ ਇਹਨੂੰ ਵੀ ਮਿਸ ਕੀਤਾ ਤੁਸੀਂ ਇਹ ਵਲੌਗ 'ਚ ਆਪਾਂ ਦਿਖਾਈ ਨਹੀਂ ਗੀ ਅੱਜ ਅਸੀਂ ਇਹ ਚੱਕ ਲਈ ਕਿਉਂਕਿ ਜਿਹੜਾ ਸਕੂਟਰ ਆ ਉਹ ਤਾਂ ਖਰਾਬ ਆ ਹੈ ਨਾ ਆਪਣੀ ਬਾਈਕ ਪਤਾ ਨਹੀਂ ਕਿੱਥੇ ਬਾਈਕ ਢਿੱਲੋਂ ਹੋਣਾ ਕੋਲ ਹੋਣੀ ਆ ਉਹ ਵੀ ਆਪਾਂ ਬਾਈਕ ਵੀ ਲਿਆ ਕੇ ਠੀਕ ਕਰਾਈਏ ਸਟਾਰਟਿੰਗ ਕਿੰਨੀ ਬੈਟਰੀ ਆ ਬੈਟਰੀ ਤਾਂ ਵਾਧੂ ਆ ਇੱਥੋਂ ਨਹੀਂ ਪਰ ਪਤਾ ਲੱਗਣੀ ਮਾਮਾ ਬੈਟਰੀ ਪਤਾ ਕਿੱਥੋਂ ਪਤਾ ਲੱਗਦੀ ਫੁੱਲ ਰੇਟ ਦਿੰਦੇ ਆਪਾਂ ਨਾ ਨਾ ਆਹ ਫੜ ਆ ਫੜੀ ਮੜੀ ਬੋਤਲ ਆਹ ਵੀ ਫੜੀ ਢੱਕਣ ਲਈ ਇਹਦੀ ਬੈਟਰੀ ਪਤਾ ਲੱਗਦੀ ਆ ਭਾਈ ਇੱਥੋਂ ਅੱਛਾ ਇਹ ਵੀ ਕੁਝ ਆ ਇਹਦੀ ਬੈਟਰੀ ਨਿਕਲਦੀ ਆ ਬਾਹਰ ਆਹ ਦੇ 75% ਆ
ਮੋਟਰਸਾਈਕਲ ਦਾ ਤਾਂ ਗੇਅਰ ਹੁੰਦੇ ਨੇਗੇ ਸਾਰਾ ਕੁਝ ਹੁੰਦਾ ਇਹਦੇ ਕਿਉਂ ਸਲਿੱਪ ਮਰਵਾਈ ਜਾਣਾ ਬਈ ਗੱਲ ਸੁਣ ਇਹਦੇ ਬ੍ਰੇਕ ਤਾਂ ਅੱਪ ਕਿਤੇ ਰੇਸ ਨਹੀਂ ਆਉਂਦੀ ਹੈਨਾ ਹਾਂ ਜੇ ਆਪਾਂ ਸਲਿੱਪ ਬਣਾਉਣੇ ਪਤਾ ਕੀ ਕਰਨਾ ਪਊ ਆ ਪਾਇਆ ਹੱਥ ਹਾਂ ਆ ਦਿੱਤੀ ਮੈਂ ਰੇਸ ਲੈ ਦੱਸ ਉਹ ਕਾਹਨੂੰ ਗਰੀਬੜੀ ਦਾ ਲਹੂ ਪੀਂਦਾ ਤੂੰ ਲੈ ਇਹ ਕੀ ਲੱਛਣ ਨੇ ਤੇਰੇ ਐਂ ਬੁਲਟ ਵੀ ਮਾਰਦਾ ਬੁਲਟ ਨੂੰ ਇੱਥੋਂ ਹੱਥ ਪਾ ਲਓ ਐਂ ਥੋੜ੍ਹਾ ਜਿਹਾ ਡੇਟਾ ਕਰ ਲਓ ਬੋਲਟ ਦਾ ਕਲੱਚ ਵੀ ਛੱਡਣਾ ਪੈਣਾ ਲਓ ਜੀ ਅਸੀਂ ਚਾਰਜਿੰਗ ਵਾਲੇ ਸਕੂਟਰ 'ਚ ਜਾਂਦੇ ਹਾਂ ਹੌਲੀ ਹੌਲੀ ਪਿੰਡ ਜਾ ਕੇ ਗੱਡੀ ਚੱਕਾਂਗੇ ਮਾਮੇ ਵਾਲੀ ਅਤੇ ਕੱਲ੍ਹ ਨੂੰ ਆਪਾਂ ਨੂੰ ਮਿਲ ਗਈ i20 ਅਤੇ 20 ਤਰੀਕ ਨੂੰ ਤਾਂ ਚਲੋ ਆਪਣੀ ਗੱਡੀ ਆ ਹੀ ਜਾਣੀ ਆ ਹੈ ਨਾ ਅਤੇ ਆਪਾਂ ਕੱਲ੍ਹ ਨੂੰ i20 ਚੱਕ ਕੇ ਕਰਾਂ ਹੈ ਨਾ ਮੋਹਾਲੀ ਪੰਪ ਕਰਾ ਕੇ ਲਿਆਈਏ ਅੱਜ ਤਾਂ ਹੋਇਆ ਨਹੀਂ ਗਾ ਕੰਮ ਆਪਣੇ ਬਹੁਤ ਪੈਂਡਿੰਗ ਪਏ ਆ ਅਤੇ ਵਲੋਗ ਛੋਟਾ ਰਹਿ ਗਿਆ ਅਤੇ ਇਹ ਮੈਂ ਹੁਣ ਕੱਲ੍ਹ ਨੂੰ ਸ਼ੂਟ ਕਰੂੰਗਾ ਬਾਕੀ ਹੁਣ ਆਪਾਂ ਚੱਲੀਏ ਘਰੇ ਠੀਕ ਆ ਠੰਡ ਬਹੁਤ ਆ ਡੰਡੇ ਟੱਪਣ ਲੱਗ ਜਾਂਦੇ ਬੈਟਰੀ ਲੋਅ ਹੋ ਗਈ ਨਹੀਂ ਉਹ ਤਾਂ ਪਤਾ ਕੀ ਆ ਉਹ ਤਾਂ ਇਹ RPM ਜਦੋਂ ਜ਼ਿਆਦਾ ਹੋ ਜਾਂਦੇ ਆ ਨਾ ਉਦੋਂ ਉਹ ਕਰਦੀ ਆ ਉਹਦਾ ਨਹੀਂ ਕੋਈ ਚੱਕਰ ਹੈਗਾ ਬੈਟਰੀ ਤਾਂ ਇਹਦੀ ਥੱਲੇ ਹੀ ਚੈੱਕ ਹੁੰਦੀ ਹੈ ਉੱਥੇ ਥੱਲੇ ਜਿਹੜੀ ਮੋਬਾਈਲ ਦੇ ਹਿਸਾਬ ਨਾਲ ਹਾਂ ਕਿਉਂਕਿ ਉਹਨੂੰ ਪਲੱਗ ਆਉਂਦੀ ਆ ਕਿਉਂਕਿ ਉਹਨੂੰ ਪਲੱਗ ਲੱਗਿਆ ਹੋਇਆ ਹੈਗਾ ਤੇ ਜਿਹੜਾ ਉਹ ਪਲੱਗ ਆ ਉਹ ਜਦੋਂ ਮਰਜ਼ੀ ਜੇ ਆਪਣੀ ਹੈ ਨਾ ਇਹਨਾਂ ਨੇ ਬਣਾਈ ਇਹ ਕਿਹੜੇ ਕਨਸੈਪਟ ਨਾਲ ਹੋਈ ਆ ਇਹਨਾਂ ਨੇ ਐਂ ਬਣਾਈ ਹੋਈ ਆ ਜੇ ਕੋਈ ਫਲੈਟ ਵਾਲਾ ਲੈਂਦਾ ਗਾ ਫਲੈਟ ਜਿਵੇਂ ਉਹਦੇ ਉੱਤੇ ਆ ਉਹ ਥੱਲੇ ਪਲੱਗ 'ਚ ਕਿਵੇਂ ਚਾਰਜ ਕਰੂਗਾ ਉਹ ਥੱਲੇ ਲਾ ਕੇ ਬੈਟਰੀ ਕੱਢ ਕੇ ਆਪਣੀ ਉੱਤੇ ਲਿਜਾ ਸਕਦਾ ਅੱਛਾ ਉੱਪਰ ਬੈਟਰੀ ਇਕੱਲੀ ਲਿਜਾ ਸਕਦਾ ਹਾਂ ਬੈਟਰੀ ਲਿਆ ਕੇ ਚਾਰਜ ਕਰ ਸਕਦਾ ਜਿਵੇਂ ਹੁਣ ਆਪਣੀ ਸਕੂਟਰੀ ਬਾਹਰ ਖੜੀ ਆ ਬਾਹਰ ਕੋਈ ਪਲੱਗ ਨਹੀਂ ਹੈਗਾ ਆਪਾਂ ਬੈਟਰੀ ਕੱਢ ਲੈਣੀ ਇਹਦੀ ਬੈਟਰੀ ਦੇ ਬਾਹਰੇ ਬੈਟਰੀ ਹੁੰਦੀ ਆਪਾਂ ਕੱਢ ਸਕਦੇ ਆ ਓਏ ਉਹ ਤਾਂ ਬਾਲੀ ਔਖੀ ਕੱਢਣੀ ਇਹ ਤਾਂ ਕੁਝ ਵੀ ਨਹੀਂ ਹੈਗਾ ਨਾ ਕੋਈ ਨਟ ਖੋਲਣਾ ਆ ਵਿੱਚ ਨਾ ਬੈਟਰੀ ਬਸ ਧਰੀ ਹੋਈ ਆ ਬਸ ਚੱਕੇ ਚੱਕਣੀ ਆ ਪਲੱਗ ਕੱਢ ਕੇ ਬਸ ਬਾਲਾ ਸੌਖਾ ਕੰਮ ਆ ਵਾ ਅਸੀਂ ਲਈ ਵੀ ਤਾਂ ਹੀ ਸੀਗੀ ਇਹ ਵੀ ਇਹਦੀ ਬੈਟਰੀ ਜਦੋਂ ਮਰਜ਼ੀ ਆ ਚੇਂਜ ਕਰਦੇ ਵੀ ਇਹ ਖਰਾਬ ਵੀ ਹੁੰਦੀ ਆ ਖੋਲਣੀ ਨਹੀਂ ਪੈਂਦੀ ਚਲਾਈ ਮੋਟਰਾਂ ਦੀ ਆ ਬਸ ਘਰੋਂ ਮੋਟਰ ਤੇ ਮੋਟਰ ਤੋਂ ਵੱਧ ਤੋਂ ਵੱਧ ਨਹੀਂ ਤਾਂ ਸੰਦੌੜ ਬਸ ਚਾਚਾ ਮੇਲਾ ਵੱਧ ਤੋਂ ਵੱਧ ਮਰੇਕ ਕੋਲ ਕਿਹੜਾ ਕੱਢਿਆ ਹੁੰਦਾ ਹੋਊਗਾ ਹੋਰ ਨਹੀਂ ਕਿਤੇ ਲੈ ਕੇ ਗਿਆ ਉਹ ਇਹ ਵੀ ਜੇ ਚਲਾਈ ਆ ਤਾਂ ਵੱਧ ਤੋਂ ਵੱਧ ਅਸੀਂ ਚਲਾਈ ਆ ਚਾਚਾ ਤਾਂ ਮੋਟਰ ਤੇ ਲੈ ਕੇ ਜਾਂਦਾ ਬਸ ਹੋਰ ਕਿਤੇ ਨਹੀਂ ਲੈ ਕੇ ਜਾਂਦਾ ਬਾਕੀ ਧੁੰਦ ਦੇਖੋ ਕਿੰਨੀ ਆ ਤੁਸੀਂ ਕੁਛ ਨਹੀਂ ਜੀਂਦਾ ਹੈਗਾ ਅਸੀਂ ਸਕੂਟਰੀ ਤੇ ਹਾਂ ਉਹੀ ਨਾ ਕੋਈ ਚੱਕ ਦੇਵੇ ਸਾਨੂੰ ਇਹਦੇ ਲਾਈਟਾਂ ਤਾਂ ਵੈਸੇ ਦੀ LED ਨੇ ਤੇਜ਼ ਨੇ ਕੀ ਆ ਤੇ ਆਪ ਲੈ ਚਾਰੇ ਕਿੱਥੋਂ ਚੱਲ ਫਿਰ ਚੱਲਦੇ ਆ ਨਹੀਂ ਚਾਰੇ ਹੀ ਚੱਲਦੇ ਫੋਰ ਫਲੈਸ਼ਰ ਸਕੂਟਰੀ ਫੋਰ ਫਲੈਸ਼ਰ ਔਨ ਕਰੋ ਚਾਚਾ ਨਹੀਂ ਕਹਿੰਦਾ ਹੁੰਦਾ ਉੱਤੇ ਹੈ ਨਾ ਯੂਟਿਊਬ 'ਤੇ ਜਿੱਥੇ ਉਹ ਬਣਿਆ ਹੁੰਦਾ ਆਪਣਾ ਵੋਇਸ ਵਾਲਾ ਉਹਨੂੰ ਦੱਬ ਕੇ ਕਹਿੰਦਾ ਹੁੰਦਾ ਤਾਜ਼ੀਆਂ ਖਬਰਾਂ ਭੇਜੋ ਓਏ ਮਿੱਤਰੋ ਆਪਾਂ ਘਰੇ ਆ ਗਏ ਤੇ ਚਾਚਾ ਗੇਟ ਨਹੀਂ ਖੋਲ ਆ ਗਿਆ ਓਏ ਆ ਗਿਆ ਹਾਏ ਓਏ ਰੱਬਾ ਤੇ ਚਾਚਾ ਹੁਣ ਗੇਟ ਖੋਲ ਦੂਗਾ ਆਪਾਂ ਨੂੰ ਤੇ ਆਪਾਂ ਚਾਚੇ ਦੀ ਸਕੂਟਰੀ ਅੰਦਰ ਲਾ ਦਈਏ ਤੇ ਫਿਰ ਓਏ ਛੋਟਾ ਹੀ ਖੋਲ ਦੇ ਚਾਚਾ ਗੇਟ ਗੱਡੀ ਨਹੀਂ ਲਾਉਣੀ ਅੰਦਰ ਆਪਾਂ ਯੇ ਗਾੜੀ ਮੇਂ ਯੇ ਗਾੜੀ ਬਹੁਤ ਮਸ਼ਹੂਰ ਹੈ ਆ ਗਿਆ ਲਓ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਕੀ ਮੈਂ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਤੇ ਜਾਣ ਲੱਗੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਕੱਲ੍ਹ ਨੂੰ ਤੇ ਅੱਜ ਤਾਂ ਪੰਪ ਹੋਇਆ ਨਹੀਂਗਾ ਕੱਲ੍ਹ ਨੂੰ ਆਪਾਂ ਪੰਪ ਕਰਾਈ ਲਿਆਉਣਾ ਪੱਕਾ ਹੀ ਤੇ ਓਕੇ ਜੀ ਬਾਏ ਬਾਏ।